Allora, Sazzo dire, Carso, Ceso Carso numero 3, Padre numero 3, di Sazzo Calcio di Asi, Sor Passo a destra, ehi Padre, no? Ragazzi, Ageo, Sor Passo a destra te. Aghe sare che mi calli in? Aghe, shabash, molto di A. Apna, Pavar Bhaji, Pavar. ਪਵਾਰ ਭਾਜੀ ਤੁਸੀਂ ਆਪਣੇ ਜਿਹੜੇ ਤੁਹਾਨੂੰ ਵੀਡੀਓ ਭੇਜੀ ਨੇ ਉਹਨਾਂ ਨੂੰ ਵੇਰੋ ਫਾਲਸ ਪਿਛਲੇ ਨੂੰ ਸਾਰਿਆਂ ਨੂੰ ਕਰਨਾ ਹੈ ਜਿਹੜੇ ਅੱਜ ਪੜ੍ਹੇ ਇਹਨਾਂ ਨੂੰ ਵੇਰੋ ਫਾਲਸ ਕਰਨ ਦੀ ਗਲਤੀਆਂ ਪੈਣੀਆਂ ਠੀਕ ਹੈ ਤੁਹਾਡੀ ਪਹਿਲੀ ਕਲਾਸ ਦਾ ਟਾਈਮ ਖਤਮ ਹੋ ਗਿਆ ਤੁਸੀਂ ਜੇ ਚਾਹੋ ਤਾਂ ਛੁੱਟੀ ਕਰ ਸਕਦੇ ਹੋ ਠੀਕ ਹੈ ਦੂਜੀ ਕਲਾਸ ਜਦ ਦੂਜੀ ਕਲਾਸ ਤੁਹਾਨੂੰ ਬਾਅਦ ਵਿੱਚ ਪੜ੍ਹਾਵਾਂਗਾ ਜਦੋਂ ਤੁਹਾਨੂੰ ਸਮਝਣ ਲੱਗਣ ਲੱਗ ਪਈ ਠੀਕ ਹੈ ਜਿੰਨਾ ਟਾਈਮ ਹੈ ਮੈਕਸੀਮਮ ਆਪਣੀ ਪਹਿਲੀ ਕਲਾਸ ਨੂੰ ਦਿਓ ਜੀ ਮੈਂ ਗਰੁੱਪ ਦੇ ਵਿੱਚ ਤੁਹਾਨੂੰ ਐਡ ਕਰਕੇ ਤਾਂ ਗਰੁੱਪ ਦੇ ਵਿੱਚ ਆਇਆ ਕਰੇਗੀ ਦਿਨ ਰਿਕਾਰਡਿੰਗ ਠੀਕ ਹੈ ਓਕੇ ਵੀਰ ਜੀ ਓਕੇ ਆਪਣਾ ਆ ਜੋ ਸਾਰੇ ਚੈਪਟਰ ਨੰਬਰ ਹੈਗਾ ਹੈ ਸਾਡੇ ਕੋਲ 600 ਚੈਪਟਰ ਨੰਬਰ 15 661 ਨੰਬਰ ਪੇਜ ਠੀਕ ਹੈ ਜੀ ਜੇ ਕਿਸੇ ਦੀ ਕਾਲ ਕੱਟ ਗਈ ਤਾਂ ਦੱਸ ਦਿਓ ਮੈਂ ਕਾਲ ਬੈਕ ਕਰ ਲੈਣਾ ਕਹਿੰਦੇ ਸੁਰਪਾਸ ਸਵਾ ਦਸਤਰਾ ਓਵਰਟੇਕ ਕਰਨਾ ਸੱਜੇ ਤੋਂ ਓਵਰਟੇਕ ਕਰਨਾ ਸੱਜੇ ਤੂੰ ਇਜਾਜ਼ਤ ਹੁੰਦੀ ਹੈ ਕੁਝ ਖਾਸ ਕਿਸਮ ਦੀ ਸਿਚੁਏਸ਼ਨਾਂ ਵਿੱਚ ਠੀਕ ਹੈ ਜਿਵੇਂ ਕਿ ਬਿਆਨ ਕਰਨਗੇ ਜੇ ਫੋਰ ਐਗਜ਼ਾਮਪਲ ਗੱਡੀ ਖੱਬੇ ਮੋੜਨਾ ਚਾਹੀਦੀ ਸੱਜੇ ਨੂੰ ਓਵਰਟੇਕ ਕਰ ਜਾਓ ਟ੍ਰੈਫਿਕ ਰਸ਼ ਪਏ ਆ ਭੀੜ ਪਈ ਹੈ ਉਸ ਟਾਈਮ ਉਸ ਸੂਰਤ ਨਿਕਲ ਜਾਓਗੇ ਤੇ ਹੋਰ ਕੁਝ ਖਾਸ ਕਿਸਮ ਦੀ ਪਾਰਟੀਕਲ ਕੰਡੀਸ਼ਨ ਹੈ ਜਿਵੇਂ ਕਿ ਟਰਾਮ ਦਾ ਜਿਹੜਾ ਸਲਵਾਜਨ ਤੇ ਹੁੰਦਾ ਰੋਡ ਦੇ ਸੈਂਟਰ ਵੀ ਬਣਿਆ ਸੱਜੀ ਸਾਈਡ ਤੇ ਫਿਰ ਰੋਡ ਹੁੰਦੀ ਹੈ ਨਾ ਇੱਕ ਫਿਰ ਸੱਜੀ ਸਾਈਡ ਤੋਂ ਉਸ ਟਰਾਮ ਨੂੰ ਵੀ ਜੇ ਖੜੀ ਹੋਵੇ ਤਾਂ ਓਵਰਟੇਕ ਕਰ ਸਕਦੇ ਹੋ ਜੇ ਚੱਲਣ ਵੀ ਲੱਗੀ ਹੋਵੇ ਸੱਜੀ ਸਾਈਡ ਤੇ ਰੋਡ ਹੈ ਤਾਂ ਓਵਰਟੇਕ ਕਰ ਸਕਦੇ ਹੋ ਠੀਕ ਹੈ ਦੋਵਾਂ ਸਾਈਡਾਂ ਤੋਂ ਨਾਰਮਲੀ ਓਵਰਟੇਕ ਖੱਬੀ ਸਾਈਡ ਤੋਂ ਹੁੰਦਾ ਠੀਕ ਹੈ ਜਿਵੇਂ ਅਸੀਂ ਕੱਲ ਪੜਿਆ ਸੀ ਕਹਿੰਦੇ ਕੰਸੈਂਟੀ ਤੋਂ ਸੁਰ ਪਾਸੋ ਆ ਦੈਸਰਾ ਜਾਜ਼ਤ ਹੈ ਉਹ ਸੁਰ ਪਾਸੋ ਓਵਰਟੇਕ ਕਰਨ ਦੀ ਸੱਜੇ ਤੂੰ ਕਿਹਨਾਂ ਸੂਰਤਾਂ ਵਿੱਚ ਕੁਆਂਦੋ ਇਲ ਕੰਦੂ ਜਾਂਦੇ ਜਿਸ ਟਾਈਮ ਡਰਾਈਵਰ ਦਾ ਸੁਰ ਪਸਾਰ ਜਿਹਨੂੰ ਓਵਰਟੇਕ ਹੋਣਾ ਹੈ ਹਾਂ ਸਿਨਿਆਲਾ ਤੋਂ ਕਿ ਇੰਟੈਂਡ ਸਵਲਤਾ ਰਿਹਾ ਸਿਨਿਸਤਰਾ ਜੇ ਉਹਨੇ ਸਿਗਨਲ ਲਾ ਦਿੱਤਾ ਹੈ ਕਿ ਉਹ ਖੱਬੇ ਘੁੰਮਣਾ ਚਾਹੁੰਦੇ ਤੇ ਉਹ ਅਰਸਤਾਰ ਸੀ ਉਹ ਰੁਕ ਗਿਆ ਆ ਸਿਨਿਸਤਰਾ ਖੱਬੀ ਸਾਈਡ ਤੋਂ ਹੈ ਸੋ ਇਹਨਾਂ ਕਰਜਾ ਤਾਂ ਸੈਂਸੋਨੀਕੋ ਇੱਕ ਸੈਂਸੋਨੀਕੋ ਕਰਜਾ ਤੇ ਉਹ ਰੁਕ ਗਿਆ ਵੇ ਯਾਨੀ ਕਿ ਅਗਲਾ ਮੇਰੇ ਤੋਂ ਬੰਦਾ ਜਿਹੜਾ ਹੈ ਉਹ ਖੱਬੀ ਸਾਈਡ ਤੇ ਇੰਡੀਕੇਟਰ ਨੇ ਲਾ ਲਿਆ ਖੱਬੀ ਸਾਈਡ ਤੋਂ ਉਹਨੇ ਮੋੜਨਾ ਵੇ ਔਰ ਖੱਬੀ ਸਾਈਡ ਤੋਂ ਹੋ ਕੇ ਉਹ ਰੁਕ ਗਿਆ ਵੇ ਜੀ ਹੁਣ ਆ ਰਹੀ ਭਾਬੀ ਜੀ ਓਕੇ ਕਹਿੰਦੇ ਨੇ ਜਿਵੇਂ ਕਿ ਤੁਸੀਂ ਤੁਹਾਨੂੰ ਮੈਂ ਦੱਸ ਰਿਹਾ ਸੀ ਕਿ ਜਿਵੇਂ ਓਵਰਟੇਕ ਕਰਦੇ ਤੁਸੀਂ ਸੱਜੇ ਤੇ ਕਿਵੇਂ ਕਿ ਜੇ ਗੱਡੀ ਸੱਜੇ ਖੱਬੇ ਪਹਿਲੇ ਮੋੜਨਾ ਵੇ ਇੰਡੀਕੇਟਰ ਲਾ ਲਿਆ ਉਧਰ ਰੁਕ ਗਈ ਹੈ ਜ਼ਾਰੀ ਗੱਲ ਸਿੰਪਲ ਹੈ ਤੁਸੀਂ ਉਹਦੇ ਪਿੱਛੇ ਥੋੜੀ ਲਾਉਣਾ ਫਿਰ ਸੱਜੇ ਦੂਜੀ ਜਗ੍ਹਾ ਆਇਆ ਤਾਂ ਓਵਰਟੇਕ ਕਰ ਜਾਓ ਇੰਡੀਕੇਟਰ ਲਾ ਕੇ ਠੀਕ ਹੈ ਜੇ ਇੱਕ ਰੋਡ ਸੈਂਸੋਨਿਕ ਹੋਵੇ ਤੇ ਠੀਕ ਹੈ ਸੂਏ ਨਾ ਸਰਾ ਸੈਂਸੋਨਿਕ ਦੋ ਪੀ ਸੈਂਸੋ ਵੀ ਹੋਵੇ ਤਾਂ ਸੱਜੀ ਸਾਈਡ ਦੀ ਜਗ੍ਹਾ ਹੋਵੇ ਤਾਂ ਓਵਰਟੇਕ ਫਿਰ ਇਸ ਸੂਰਤ ਹੋ ਸਕਦਾ ਹੈ ਕਹਿੰਦੇ ਕੰਧ ਸੁਰ ਪਾਸੋਂ ਨੂੰ ਟਰਾਮ ਜਿਸ ਟਾਈਮ ਇੱਕ ਟਰਾਮ ਨੂੰ ਓਵਰਟੇਕ ਕਰਦੇ ਹੋ ਟਰਾਮ ਜਿਹੜੀ ਹੁੰਦੀ ਸ਼ਹਿਰਾਂ ਦੇ ਵਿੱਚ ਜਿਹੜੀ ਟ੍ਰੇਨ ਚੱਲਦੀ ਹੈ ਬਿਜਲੀ ਵਾਲੀ ਕਿ ਮਾਰਚੇ ਚੰਦਰ ਦਾ ਇੱਕ ਤਰਾ ਦਾ ਜਿਹੜੀ ਕਿ ਚੱਲਦੀ ਹੈ ਰੋਡ ਦੇ ਸੈਂਟਰ ਵਿੱਚ ਇਨ ਕੇਸ ਤੋਂ ਕਾਦੋ ਇਸ ਕੇਸ ਵਿੱਚ ਪੋਇ ਬਿਆਨ ਹੀ ਅਨ ਕਿਸ ਨਿਸਤਰਾ ਇਸ ਕੇਸ ਵਿੱਚ ਖੱਬੇ ਤੋਂ ਓਵਰਟੇਕ ਹੋ ਸਕਦਾ ਹੈ ਕਿਉਂਕਿ ਜਿਹੜੀ ਰੋਡ ਦੇ ਸੈਂਟਰ ਵਿੱਚ ਚੱਲ ਰਹੀ ਹੈ ਪਰ ਜੇ ਸੈਂਸੋਨੀ ਕੋ ਰੋਡ ਹੈ ਫਿਰ ਸੱਜੇ ਖੱਬੇ ਦੋਵਾਂ ਸਾਈਡਾਂ ਤੋਂ ਓਵਰਟੇਕ ਹੋ ਸਕਦਾ ਹੈ ਕਿਉਂ ਕਿਉਂਕਿ ਟਰਮ ਨੇ ਕਿਹੜਾ ਕੋਈ ਕੋਰਸੀ ਚੇਂਜ ਕਰਨੀ ਹੈ ਉਹਨੇ ਤਾਂ ਆਪਣੀ ਟਰੈਕ ਤੇ ਹੀ ਰਹਿਣਾ ਸੱਜੇ ਤੋਂ ਵੀ ਓਵਰਟੇਕ ਕਰੋ ਖੱਬੇ ਤੋਂ ਵੀ ਓਵਰਟੇਕ ਕਰੋ ਜੇ ਹੋ ਸਕਦਾ ਤੇ ਜਦੋਂ ਕੋਈ ਨਾਰਮਲ ਰੋਡ ਉੱਪਰ ਜਿਹੜੀ ਕੰਟੀਨਿਊਸ ਲਾਈਨ ਆਈਆਂ ਉਹ ਕੰਟੀਨਿਊਸ ਚੱਲਣੀ ਹੋਵੇ ਨਾਰਮਲ ਰੋਡ ਤਾਂ ਕੰਟੀਨਿਊ ਲਾਈਨ ਚੱਲਦੀ ਹੁੰਦੀ ਹੈ ਉੱਥੇ ਉਸ ਟਾਈਮ ਤੁਸੀਂ ਓਵਰਟੇਕ ਇਨ ਕੇਸ ਜੇ ਤੁਸੀਂ ਲਾਈਨ ਨੂੰ ਟੱਚ ਨਹੀਂ ਨਾ ਕਰਦੇ ਸਿਰਫ ਲਾਈਨ ਵਾਲਾ ਹੈ ਓਰੀਜ਼ੋਂਟਲ ਸਿਗਨਲ ਹੈ ਲਾਈਨ ਪਈ ਹੋਈ ਕੰਟੀਨਿਊ ਜੇ ਤੁਸੀਂ ਲਾਈਨ ਨੂੰ ਟੱਚ ਕੀਤੇ ਬਗੈਰ ਓਵਰਟੇਕ ਕਰਦੇ ਹੋ ਨਾ ਫਿਰ ਇਹਨਾਂ ਕੋਲ ਮੋਟਿਵ ਨਹੀਂ ਹੈ ਵੀ ਤੁਹਾਨੂੰ ਰੋਕ ਸਕਣ ਜੇ ਉੱਥੇ ਜੇ ਬੋਰਡ ਵਾਲਾ ਸਿਗਨਲ ਹੈ ਫਿਰ ਲਾਈਨ ਦੀ ਵੈਲਿਊ ਨਹੀਂ ਰਹੇਗੀ ਫਿਰ ਤੁਸੀਂ ਓਵਰਟੇਕ ਨਹੀਂ ਕਰ ਸਕਦੇ ਜੇ ਸਿਰਫ ਲਾਈਨ ਪਈ ਹੋਈ ਨਾ ਕੰਟੀਨਿਊ ਜੇ ਤੁਸੀਂ ਲਾਈਨ ਨੂੰ ਟੱਚ ਨਾ ਕਰੋ ਅੰਦਰ ਰਹਿ ਕੇ ਆਪਣੀ ਲਾਈਨ ਦੇ ਕੋਰਸੇ ਦੇ ਓਵਰਟੇਕ ਕਰੋ ਤਾਂ ਹੋ ਸਕਦਾ ਹੈ ਜੇ ਲਾਈਨ ਨੂੰ ਟੱਚ ਕਰਨਾ ਪੈਣਾ ਫਿਰ ਓਵਰਟੇਕ ਨਹੀਂ ਹੋ ਸਕਦਾ ਠੀਕ ਹੈ ਕਹਿੰਦੇ ਇਨਕੁਐਸਟ ਤੋਂ ਕਾਹਦੇ ਇਸ ਕੇਸ ਵਿੱਚ ਪੋ ਅਵੇਨੀ ਅਵੇਨੀਰ ਅਨ ਕੇ ਅਸਨਿਸਤਰਾ ਇਸ ਕੇਸ ਵਿੱਚ ਖੱਬੇ ਦੂਏ ਹੋ ਸਕਦਾ ਹੈ ਫਿਰ ਕਿ ਨੋਨ ਇਨਵਾਦਾ ਇਲ ਸੈਂਸੋ ਅਪੋਸਟੋ ਦੀ ਚਿਕਰਸ਼ਨ ਹੈ ਕਿਉਂਕਿ ਸੈਂਸੋ ਅਪੋਸਟੋ ਚਿਕਰਸ਼ਨ ਹੈ ਵਿੱਚ ਇਹ ਨਹੀਂ ਜਾਏਗਾ ਉਹ ਪੂਰੇ ਫੇਰਮ ਹੋ ਜਾਂ ਫਿਰ ਖੜਾ ਹੋਵੇ ਪਰ ਫਾਰਿਸ ਲੀਰੇ ਉਹ ਸ਼ੈਂਦਰ ਦੇ ਪੈਸੰਜੇਰੀ ਜਾਂ ਫਿਰ ਇਹ ਜੇ ਖੜੀ ਹੋਵੇ ਟਰਾਮ ਖੜੀ ਹੋਵੇ ਆਪਣੇ ਟਰਾਮ ਦੇ ਸਟਾਪ ਹੁੰਦੇ ਨਾ ਜਿਵੇਂ ਰੋਡ ਦੇ ਸੈਂਟਰ ਵੀ ਸਲਵਜਨ ਤੇ ਹੁੰਦੀ ਉਹਦੇ ਸਟਾਪ ਹੁੰਦੇ ਦਾ ਜਿਵੇਂ ਇਮਲੀਆ ਵਾਲਾ ਸਟਾਪ ਹੈ ਠੀਕ ਹੈ ਉਹ ਹੁਣ ਕਹਿੰਦਾ ਜੀ
जी कहिंदे ने पर साली जिहड़े शहर दे पैसेंजर जे ट्रम खड़ी है यार लाण चाढ़न लई आपणे फेर चाढ़न लई आपणे फेर माथे ते जी ई एल सलवाजैन ते और इत्थे सलवाजैन ते भी मौजूद है। सलवाजैन ते मौजूद होवे ना फिर उहनूं सज्जे ते ओवरटेक होंदा है, जे सलवाजैन ते मौजूद ना होवे ते उह ट्रम आपणे फेर माथे ते खड़ी फिर उहनूं ओवरटेक सज्जे तों नहीं होण लगा भी। ठीक है, सलवाजैन ते नाल होवेगा सज्जे तों ओवरटेक जे फिर माथे ते खड़ी है। इस बिलह दी रेगल कहिंदे भी के सीपो सुरपा सारे वटे कर सकते हो आ दसरा सज्जे तू इन आत सराधा आत सराधे दे। देखो हर हर किसी रोड का ओवरटेक जो खब्बे तू ही होंगे नॉर्मली। ठीक है, इस करके गलत कहने पे उस सराधा एक्सट रोड बहने या फिर शहर तू बार रोड से आ सेंट सोनिको जी के वन वे रोड वे सेंट सोनिको वे कौंदोला मनावरा अवियनी ने कॉन्फ्रोंती दी जिस टाइम थोड़ा मनावरा जरा करना सुरपा सो करन दा ये आंदा है उतरा मोटिकली मोटरसाइकिल ओवरटेक करना हो भी गलत कहने पे और कौंदो त्रम क्योंकि मोटरसाइकिल हो भावें ट्रैक्टर होवे सज्जे तू ओवरटेक होंगे ओवरटेक तो होंगे ही खब्बे तू है कहना वो त्रम या फिर ट्रम ओ इल फिलोबुस या फिर फिलोबुस फेर ई फेरमो खड़ी हुई है नॉन एसी से सलवाजैन जे सलवाजैन मौजूद नहीं है तो जे सलवाजैन मौजूद नहीं है तो फिर ओवरटेक हो जाए ट्रम के सज्जू नहीं होंगे। शाबाश नहीं होंगे ब्राउ जबर अगे क्वेश्चन हल करो उधर तो अगे दो क्वेश्चन और हल करो जिन्हें जिदे गलत होंगे ने मेरे को पूछ लिया करो शाबाश उधर तो अगे एक और क्वेश्चन वह भी हल करो उधर तो अगे तीन क्वेश्चन ने चार वह भी हल कर दो। ठीक है, जेड़ी कोई चीज़ समझ नहीं आती वो तुम मेरे को पूछ सकते हो मैं यकीन मनो वधिया लगेगा दसदा। ठीक है सारे इन्ने इन्ने इंटेलिजेंट स्टूडेंट हो गए कोई भी गलती मेरे को पूछते नहीं है घट बंदे को पूछते गलतियां हाँ जी मैं पढ़ देना मैं क्वेश्चन पढ़ने के नहीं लेकिन ऐसी क्या क्वेश्चन थोड़ी ऐसी पढ़ते हैं पे ऐसी तो सीरी पढ़ते हैं ना पे 65 तक करने जे तो 666 तक ऐसी पढ़ांगे। ठीक है, इनके जे तो कोई चीज समझ नहीं लगती कोई सवाल कोई लाइन कोई पैराग्राफ कोई क्वेश्चन नहीं समझ लगता भावें तुहाडा तुक्के नाल ठीक भी हो गया फिर भी पूछ सकते हो। ठीक है, चीज़ां नूं समझ के पढ़ो तुहाडे लई भी सौखा होगा मेरे लिए भी सौखा होगा है ना। शाबाश ऐ जिन्हें अपना वो ट्रैक्टर स्टार्ट कर लिया नाल वो माइक भी बंद कर दो जी विकी भाजी है आ गयो जी 66 शाबाश 66 ते आ जाओ आगे कोई और भी बंदा जबरदस्त 666 ते आ जाओ पढ़िए कौतेले ऐदा अदुतारे नाला मनावरा दी सुरपासो सावधानी जेड़ी वर्तनी है ओवरटेक करने दौरान एहतियात जेड़ी तुसी करनी है ओवरटेक करने दौरान। ठीक है 666 ते कहने सुरपासो ला मनावरा दी सुरपासो जेड़ा मनावरा सुरपासो करने दा सी एफ ई तू आ यह बनेगा दी नॉर्मा कानून के तहत असनिस्तरा खब्बे तू कानूनी तौर तो पर किधर होगा ओवरटेक खब्बे तू प्रीमियर होना सुर पासो एक ओवरटेक करने तू पहले नैचसारिया चेतारे लोड़ तो पता लवा लो के की चीज़ पता लवानी है नॉन वी सौ ना सिग्नल के लिए भी यतीन जिमें असी कल पढ़िया कोई सिग्नल तो नहीं है भी इतना कोई जरा मनाही करता हो पिछले एपीसोड में असं पढ़िया पिछले
ਇਹਦੇ ਪਾਠ ਵਿੱਚ, ਪਹਿਲੇ ਪਾਠ ਵਿੱਚ, ਕਿ ਕੋਈ ਸਿਗਨਲ ਤਾਂ ਨਹੀਂ ਹੈ ਵੀ ਜਿਹੜਾ ਮਨਾਹੀ ਕਰਦਾ ਹੋਵੇ, ਠੀਕ ਹੈ, ਇਹ ਤੁਸੀਂ ਦੇਖ ਲੈ ਪਹਿਲੀ ਚੀਜ਼। ਲੋ ਵਿਜੀਬਿਲਤਾ ਸੀ ਆ ਤਾਲੇ ਦਾ ਕੰਸੈਂਟੀਰ ਮਨਵਰਾ, ਵੀ ਵਿਜੀਬਿਲਤਾ ਜਿਹੜੀ ਹੈ ਉਹ ਇਜਾਜ਼ਤ ਦਿੰਦੀ ਹੈ ਵੱਡੇ ਕਰਨ ਦੀ, ਕਿ ਅੱਗੇ ਕੋਈ 200 ਜਾਂ ਅੱਗੇ ਕੁਰਬਾ ਤਾਂ ਨਹੀਂ ਹੈ ਵੀ ਦੋ ਪੀਸੇ ਰੋਡ ਤੇ। ਲਾ ਮਨਵਰਾ ਪੋਸੋ 666 ਲਾ ਮਨਵਰਾ ਪੋਸੋ ਕੰਪੇਅਰਸੀ ਸੈਂਸਾ ਕੋਸਟੀਟਿਊਰ ਇੰਟਰਾਲਚੀਓ। ਮਨਵਰਾ ਤੁਸੀਂ ਕਰ ਸਕਦੇ ਹੋ ਕੰਪਲੀਟ ਬਿਨਾ ਬਣਿਆ ਇੰਟਰਾਲਚੀਓ ਰੁਕਾਵਟ। ਚਾਰ ਚੌਥਾ ਪੁਆਇੰਟ ਕਹਿੰਦੇ ਨੇ ਈ ਸੀ ਡਿਸਪੋਂਗਾ ਦੀ ਸਪੇਸ ਦੇ ਲਿਬਰੋ ਸੁਫੀਸ਼ੀਐਂਟ ਹੈ, ਵੀ ਤੁਹਾਡੇ ਕੋਲ ਸਪੇਸ ਕਾਫੀ ਹੈ ਪਰ ਕੰਪਲੀਟਾਰ ਨੇ ਸਿਕਿਉਰਿਟੀ ਦਾ ਸਿਕਿਉਰਿਟੀ ਸੂਰਜ ਕੰਪਲੀਟ ਕਰਨੀ। ਦੇਖੋ ਅਸੀਂ ਪਿਕਚਰ ਇਹ ਪਹਿਲੀ ਥਿਊਰੀ 'ਚ ਪੜ੍ਹੇ ਹਾਂ, ਹੈ ਨਾ, ਪਹਿਲੀ ਥਿਊਰੀ ਹੈ ਨਾ ਜਿਹੜੀ ਅਸੀਂ ਕੱਲ੍ਹ ਪੜ੍ਹੀ ਸੀ, ਉਹੀ ਹੈ, ਉਹੀ ਉਹੀ ਹੈ। ਰਹਿਣ ਦਿਓ, ਇਹ ਸਾਡੀ ਥਿਊਰੀ ਕਲੀਅਰ ਹੈ, ਕੱਲ੍ਹ ਵਾਲੀ ਥਿਊਰੀ ਹੈ। ਪੈਰੀਕਲੋਜੀ ਤਾਂ ਦਰਾ ਸੁਰ ਪਾਸ ਹੋ, ਕੱਲ੍ਹ ਵਾਰੀ ਅਸੀਂ ਪੜ੍ਹੀ ਹੋਈ ਹੈ ਤਾਂ ਫਿਰ ਦੁਬਾਰਾ ਸਾਨੂੰ ਸਾਰੀ ਪੜ੍ਹਨੀ ਪੈਣੀ ਹੈ, ਕੱਲ੍ਹ ਕੱਲੀ ਇਹੀ ਪੜ੍ਹੀ ਸੀ। ਅਤੇ 667 'ਤੇ ਆ ਜਾਓ, ਪੈਰੀਕਲੋਜੀ ਤਾਂ ਦਲ ਸੁਰ ਪਾਸੋ ਖਤਰੇ ਜੀ ਕਰਾਉਂਦੇ ਨੇ ਓਵਰਟੇਕ ਕਰਨ ਦੇ, ਠੀਕ ਹੈ, ਖਤਰਾਤ ਕਹਿੰਦੇ ਸੁਰ ਪਾਸੋ ਜਾਂ ਮਨੋਵਰਾ ਜੀ ਪੈਰੀਕਲੋਜ ਹੋ, ਸੁਰ ਪਾਸੋ ਓਵਰਟੇਕ ਕਰਨਾ ਇੱਕ ਮਨੋਵਰਾ ਜਿਹੜਾ ਹੈ ਖਤਰਨਾਕ ਮਨੋਵਰਾ ਹੈ। ਇੱਕ ਫਿਰ ਕੇ ਕੰਪੋਰ ਤਾਂ ਰਿਸਕੀ ਦੀ ਇੰਚੀਦੈਂਟ, ਕਿਉਂਕਿ ਸ਼ਾਮਲ ਹੈ ਦੇ ਵਿੱਚ ਰਿਸਕ ਐਕਸੀਡੈਂਟ ਹੋਣ ਦਾ, ਕੌਣ ਕਲਸਜੀਓ ਨੇ ਤਸਾਦਮ ਹੋਣ ਦਾ, ਉਰ ਤੋਂ ਝਟਕਾ ਐਕਸੀਡੈਂਟ ਹੋਣਾ, ਕੌਣ ਅਲਦਰ ਵੀ ਗੋਲੀ ਦੂਜੇ ਗੱਡੀਆਂ ਨਾਲ, ਕਿ ਦਵਾਂਤੀ ਦੇਤਰੋ ਜਿਹੜੀ ਕਿ ਅੱਗੇ ਔਰ ਪਿੱਛੇ ਨੇ, ਇੰਤਾਨ ਦਾ ਕੰਪੀਅਰ ਰਸਤੇ ਸਾ ਮਨਵਰਾ, ਜਿਹੜੇ ਕਿ ਉਹ ਹੀ ਮਨਵਰਾ ਓਵਰਟੇਕ ਕਰਨਾ ਕਰਨਾ ਚਾਹੁੰਦੀਆਂ ਨੇ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ। ਕੌਣ ਵੀ ਕੋਹਲੀ 10 ਰੁਪਏ ਸਾਰੇ ਜਿਹੜੀ ਗੱਡੀਆਂ ਓਵਰਟੇਕ ਕਰਨਾ ਚਾਹੁੰਦੀਆਂ ਨੇ, ਇਨਫਾਜ ਦੀ ਅਵਚੀਨਾ ਮਿਹਨਤੋ, ਜਿਸ ਤਰ੍ਹਾਂ ਤੁਸੀਂ ਇੰਨਾ ਨੇੜੇ ਲੱਗਦੇ ਹੋ, ਕੁਆਲੋਰਾ ਨੋਨ ਸੀ ਰਿਸਪੈਕਟਾਂ ਨੂੰ ਉਹਨਾਂ ਦਿਗਵਾਤਾ ਮਿਹਨਤੇ ਦਾ ਡਿਸਟੈਂਸ ਸਿਕਿਉਰ, ਜੇ ਇੱਥੇ ਰਿਸਪੈਕਟ ਨਹੀਂ ਕਰਦੇ ਡਿਸਟੈਂਸ ਸਿਕਿਉਰੀਆਂ ਦਿੱਤੀਆਂ, ਜੇ ਤੁਸੀਂ ਡਿਸਟੈਂਸ ਸਿਕਿਉਰੀ ਦਾ ਰਿਸਪੈਕਟ ਨਹੀਂ ਨਾ ਕਰਦੇ, ਸਿਕਿਉਰਟੀ ਡਿਸਟੈਂਸ ਜਿਹੜਾ ਹੁੰਦਾ ਹੈ ਓਵਰਟੇਕ ਕਰਨ ਦੌਰਾਨ, ਤੇ ਖਤਰਨਾਕ ਹੋ ਸਕਦਾ ਬਹੁਤ ਜ਼ਿਆਦਾ। ਉਹ ਇਨਫਾਜ ਦੀ ਉਹਨਾਂ ਰੀਐਂਟਰੋ ਇਨ ਕੋਰਸੀਆ, ਜਾਂ ਫਿਰ ਇਸ ਕੇਸ ਵਿੱਚ ਜੇ ਤੁਸੀਂ ਰੀਐਂਟਰ ਹੋ ਰਹੇ ਕੋਰਸੀਆ ਕਦੀ ਵੀ ਇੱਕ ਓਵਰਟੇਕ ਕਰਕੇ ਵਾਪਸ ਤੁਸੀਂ ਆਪਣੀ ਸੱਜੀ ਕੋਰਸੀਆ ਵਿੱਚ ਖੱਬੀ ਤੇ ਉਸ ਪਸਤਾ ਰਹੇ ਹੋਏ ਹੋ, ਓਵਰਟੇਕ ਕੀਤਾ ਫਿਰ ਸੱਜੀ ਤੇ ਵਾਪਸ ਆਇਓ, ਉਸ ਦੌਰਾਨ ਵੀ ਖਤਰਾ ਹੋ ਸਕਦਾ, ਠੀਕ ਹੈ, ਉਹੀ ਉਹੀ ਬਿਲਕੁਲ ਬਿਲਕੁਲ ਸਪੀਡ ਦੇ ਹਿਸਾਬ ਤੋਂ ਨਾਲ, ਸਿਕਿਉਰਟੀ ਡਿਸਟੈਂਸ ਜਿਹੜਾ ਹੁੰਦਾ ਨਾ ਸਪੀਡ ਦੇ ਹਿਸਾਬ ਤੋਂ ਨਾਲ, ਜ਼ੀਰੋ ਕੱਢ ਕੇ ਜਿੰਨੀ ਸਪੀਡ ਹੈ ਉਹਦਾ ਜ਼ੀਰੋ ਕੱਢ ਕੇ ਇੱਕ 3 ਨਾਲ ਮਲਟੀਪਲਾਈ, ਰੋਡ ਨਾ ਕੋਈ ਤਲਕ ਨਹੀਂ, ਜੇ ਕੋਈ ਬੋਰਡ ਲੱਗਿਆ ਹੋਇਆ ਵੱਖਰੀ ਗੱਲ ਹੈ, ਨੋਰਮਲੀ ਰੋਡ ਨਾ ਕੋਈ ਤਲਕ ਨਹੀਂ। ਉਸ ਪ੍ਰਾਤੂ ਤੋਂ ਸਹੀ ਸੀ ਕੋਸਤਰੀਨ ਜਨੋ ਇਹ ਵੀ ਕੋਹਲੀ ਸੁਰਪਸਾ ਤੀ, ਜੇ ਤੁਸੀਂ ਓਵਰਟੇਕ ਕਰਕੇ ਰੀਐਂਟਰ ਹੁੰਦੇ ਆਪਣੀ ਸੱਜੀ ਕੋਸੀਆ ਵਿੱਚ, ਔਰ ਸਭ ਤੋਂ ਖਾਸ ਤੌਰ 'ਤੇ ਜੇ ਤੁਸੀਂ ਭੀੜਾ ਕਰਦੇ ਹੋ ਵਿਗੋਲੀ ਸੁਰਪਸਾ ਜਿਸ ਕਰਨੀ ਓਵਰਟੇਕ ਹੋਇਆ, ਆ ਫਰੇਨਾਰੇ ਬਰੁਸ਼ਕਾ ਮੈਂ ਅਚਾਨਕ ਬ੍ਰੇਕਾਂ ਮਾਰ ਗਏ, ਕੌਣ ਉਹਨਾਂ ਅਲਤਰੋ ਵਿਗੋਲੀ ਜਿਸਮ ਇੱਕ ਹੋਰ ਗੱਡੀ ਕੇ ਪ੍ਰੋਵੈਂਗਾ ਦਰਾ ਸੈਂਸ ਔਫ ਕੰਤਰਾਰੀ, ਜਿਸਮ ਇੱਕ ਹੋਰ ਗੱਡੀ ਅਪੋਜਿਟ ਸਾਈਡ ਤੋਂ ਆਉਂਦੀ ਹੈ, ਸਪੈਸ਼ਲ ਮੈਂ ਤੇ ਸੇਲੇ ਸੁਰਪਾਸੋ ਬਿਆਨੀ ਫਿਤੂਆ ਸੁ ਉਹਨਾਂ ਕਰਜਾ ਤਾ, ਸਪੈਸ਼ਲੀ ਜਿਸਮ ਤੁਸੀਂ ਓਵਰਟੇਕ ਕਰਦੇ ਹੋ ਇੱਕ ਕਰਜਾ ਤੇ ਰੋਡ ਦੇ ਉੱਤੇ, ਜੇ ਲੜਗੇ ਦਾ ਰਿਦੋ ਤਾਜੀ ਦੀ ਚੌੜਾਈ ਘੱਟ ਹੈ ਉਸ ਟਾਈਮ ਵੀ ਇਹ ਓਵਰਟੇਕ ਕਰਨਾ ਖਤਰਨਾਕ ਹੋ ਸਕਦਾ, ਕਿਉਂਕਿ ਰੋਡ ਚੌੜੀ ਨਹੀਂ ਹੈ ਵੀ ਤੇ ਫਿਰ ਓਵਰਟੇਕ ਕਰਨਾ ਖਤਰਨਾਕ ਹੋਣਾ ਹੀ ਹੈ, ਠੀਕ ਹੈ। ਅੱਗੇ ਆ ਜਾਓ 69 ਤੇ, 669 ਤੇ ਕਹਿੰਦੇ ਨੇ ਲੋ ਸਪੇਸ ਦੀ ਉਹਨਾਂ 'ਚ ਸਾਰੇ, ਪਰ ਜਿਹੜਾ ਸਪੇਸ ਚਾਹੀਦਾ ਹੈ ਪਰ ਲਾ ਮਨੋਵਰਾ ਸੁਰਪਾਸੋ, ਮਨੋਵਰਾ ਦੀ ਸੁਰਪਾਸੋ ਲਈ ਜਿਹੜਾ ਸਪੇਸ ਚਾਹੀਦਾ ਹੈ, ਇਹ ਵੀ ਕੋਹਲੀ ਕੇ ਸੀ ਇੰਟੈਂਡ ਦੇ ਸੁਰਪਾਸ ਸਾਰੇ, ਜਿਹੜੀ ਗੱਡੀ ਓਵਰਟੇਕ ਕਰਨਾ ਚਾਹੁੰਦੀ ਹੈ, ਆ ਚੇਲੇਰਾ ਰੇਸ ਰੇਸਾਂ ਦੇਗੀ, ਲਾ ਡਿਫਰੈਂਜ਼ਾ ਦੀ ਸਾਰੀ ਜਿਹੜਾ ਸਪੇਸ ਲੋਡ ਹੁੰਦੀ ਹੈ, ਪਰ ਲਾ ਮਨੋਵਰਾ ਦੀ ਸੁਰਪਾਸੋ, ਮਨੋਵਰਾ ਸੁਰਪਾਸੋ ਲਈ ਉਹ ਮਿਹਨਤ ਵੱਧ ਜਾਏਗਾ, ਇਕਵਾਂਦੋ ਇਹ ਵਿਗੋਲ ਹੀ ਕੇ ਸੀ ਇੰਟੈਂਡ ਸੁਰਪਾਸਾਰੇ ਅੱਛੇ ਲੇਰਾ, ਕਹਿੰਦਾ ਸਪੇਸ ਜਿਹੜਾ ਓਵਰਟੇਕ ਕਰਨ ਲਈ ਜਿਹੜਾ ਸਪੇਸ ਹੈ ਨਾ ਉਹ ਵੱਧ ਜਾਏਗਾ, ਜਿਸ ਟਾਈਮ ਜਿਸ ਗੱਡੀ ਨੂੰ ਤੁਸੀਂ ਓਵਰਟੇਕ ਕਰ ਰਹੇ ਹੋ ਉਹ ਰੇਸ ਦੇਣ ਲੱਗ ਪਵੇ, ਯਾਨੀ ਕਿ ਉਹ ਤੇਜ਼ ਹੋ ਜਾਏ, ਮੈਂ ਤੁਹਾਨੂੰ ਓਵਰਟੇਕ ਕਰ ਲਿਆ ਤੁਸੀਂ ਆਖੋ ਵੀ ਬੰਦੇ ਨਾਲ ਰੇਸ ਲਾ ਲਵੋ, ਰੇਸਾਂ ਦੇਣ ਲੱਗੋ, ਜਿਵੇਂ ਸਾਡੇ ਮੁਲਕ 'ਚ ਹੁੰਦਾ ਨਾਰਮਲੀ, ਬੰਦਾ ਓਵਰਟੇਕ ਕਰ ਲਗਾਉਂਦਾ ਬੰਦੇ ਰੇਸ ਲਾ ਦਿੰਦੇ ਨੇ, ਠੀਕ ਹੈ, ਕਿ ਕਹਿੰਦੇ ਨੇ ਇਹ ਚੀਜ਼ ਗਲਤ ਹੈ, ਠੀਕ ਹੈ, ਕਹਿੰਦੇ ਇਹਦੇ ਨਾਲ ਸਪੇਸ ਵੱਧ ਜਾਏਗਾ ਓਵਰਟੇਕ ਕਰਨਾ, ਕਹਿੰਦੇ ਡਿਫਰੈਂਸ ਦੀ ਵਲੋਚੀ ਦਾ, ਜਿਵੇਂ ਅਸੀਂ ਪਿੱਛੇ ਇਹ ਚੀਜ਼ਾਂ ਡਿਸਕਸ ਕਰ ਚੁੱਕੇ ਹਾਂ, ਡਿਫਰੈਂਸ ਦੀ ਵਲੋਚੀ ਦੀ ਕੁਆਲੀ ਡਿਫਰੈਂਸ ਗਤੀ ਦਾ ਸਪੀਡ ਦਾ ਦੋ ਗੱਡੀਆਂ ਦੇ ਵਿੱਚ ਪੋਕਾ ਥੋੜ੍ਹਾ ਵੈ, ਦੋ ਗੱਡੀਆਂ ਵਿੱਚ ਜਿਹੜਾ ਫਾਸਲਾ ਹੈ ਨਾ ਓਵਰਟੇਕ ਕਰਨ ਦਾ ਡਿਫਰੈਂਸ ਹੈ ਸਪੀਡ ਦਾ, ਜਾਨੀ ਕਿ ਤੁਹਾਡੀ ਗੱਡੀ 50 ਤੇ ਚੱਲ ਰਹੀ ਹੈ ਮੈਂ 55 ਨਾਲ ਓਵਰਟੇਕ ਕਰਾਂਗਾ, ਤੇ ਜ਼ਾਹਰੀ ਗੱਲ ਸਪੇਸ ਫੇਰ ਵੀ ਜ਼ਿਆਦਾ ਚਾਹੀਦਾ, ਠੀਕ ਹੈ, ਮੈਂ 90 ਨਾਲ ਓਵਰਟੇਕ ਕਰਾਂਗਾ ਤੁਹਾਡੀ 50 ਚੱਲ ਰਹੀ ਹੈ ਤੇ ਫਿਰ ਜਲਦੀ ਓਵਰਟੇਕ ਹੋਵੇਗਾ, ਇੱਦਾਂ ਠੀਕ ਹੈ।
Quando c'è il vicoli marciano così alla stessa velocità, जिस हम गड्डियां चलनी है ना तकरीबन एक ही स्पीड है, फिर स्पेस बढ़ेगा ओवरटेक करने का। कहने उमेंता ला लर्गे लुंगेजा दी उन्होंने दी दो विकोली या फिर लंबाई बढ़ेगी एक दो गड्डियों के बीचों सुरपासात दे और सुरपासात हो जिस गड्डी ने ओवरटेक होना है और जिस गड्डी ने ओवरटेक करना है। ये फॉर एग्जाम्पल जे मैं गड्डी ने ओवरटेक जे मैं एक ट्रक न ओवरटेक करना ये एक ट्रक मैनू ओवरटेक कर रहा है ठीक है मैं ये जे मैं पहली गल मैं ओवरटेक कर रहा एक ट्रक नो तकरीबन तीन कारा जुड़ी है ना तो ट्रक एक बनेगा फिर कर लो कि मैं तीन कारा एक बार ओवरटेक करना है आ तो नहीं होते क्लास जुड़े होंगे ने जे मैं एक कार ओवरटेक करा जारी गल है जल्दी होगा टाइम रहा हो जाएगा मेरा ठीक है तो इस करके जो लंबी गड्डी ने ओवरटेक करोगे तो टाइम ज़्यादा लगेगा ठीक है सुरपस्ता ते सुरपस्ता सुरपस्ता ते ना क्या मतलब किसे और सुरपसान ते जिहड़ी जिहड़ी गड्डी ओवरटेक कर रही है उस सुरपसा तो जिन्हों के ओवरटेक हो रहा है ठीक है जिन्हें जिहड़ी गड्डी नूं ओवरटेक कर रही है या हो रही है इन्हां दो विचों एक लंबी होवेगी ते ओवरटेक करने का स्पेस बढ़ जाएगा अगर पढ़ता जाए ओवरटेक कर रही है जिहड़ा अगे है वे 670 नंबर ए पढ़ लो भी ए भी ए टाइम कहने कौन भी वैन सुरपसाद जिस टाइम तुम ओवरटेक होंगे दल विकोली गड्डी नु कैसी वैन सुरपसाद जिस टाइम ओवरटेक होंगे हाँ ओबलिको दी अज बुलारे ला मनोवरा सुरपासो ओबलिको है तुम कि तुम आसानी पैदा करो जरा मनोवरा सुरपासो है ना आप ओवरटेक होने के आसानी पैदा करो तो अच्छी वैन सुरपसाद जी तुम ओवरटेक होंगे अद वैन ही होना चाहिए और एक एक्सीडेंट हो जाता है सी पो अवेयर होना पार्टी की रिस्पोंसिबिलिटा तुहाड़े ते एक पार्ट की रिस्पोंसिबिलिटी पै सकती है से नोन सी फातो इल पॉसिबिले फारे फचले तारे ताले मनोवरा जो तुम आसानी नहीं ना पैदा की है ओवरटेक होने के की कहें तो भी एक पार्ट की रिस्पोंसिबिलिटी पवेगी ठीक है ये कहें देवे परचे देवे इसे वजह लाजमी है तनेरे इल प्यू पॉसिबिले विचिनो अल मार्जिन रेस्तरा जिन्ना ज्यादा पॉसिबल हो सज्जे किनारे रवो रस्तरा द रोड दे इन रस्तरा एद ऊना कोर्सिया और रस्तरा दे जिथे एक कोर्सिया होवे परसेंस दिमारचिया जिते एक कुर्सी सेंस दी मार्चे उत्थे ए वितारे दी अचे लरारे और बच्चों रेसा देने दी इक ग्रज्या रिन विलोचिता और गति दे भी रेसा लाने तो बच्चों कौन विकोली सुरपसांत है जिनी गड्डी तो अनु ओवरटेक हो रहे थे होने लगी होता है ठीक है जिनी गड्डी तो अनु ओवरटेक कर ली है उदे नाल रेसा वगैरह लाने तो भी बच्चों कहने से सी वियानी सुरपसांत जी तो अनु ओवरटेक होंगे मैंत्र सोपरा जूनियनों उन्होंने विकोली जद की गड्डी आँदी है दर्शन सोपोस ओपोजिट साइड तो तो ओवरटेक हो रहा है एक गड्डी अपोजिट साइड तो आ रही है अकूरे स्पोस्तार सी इल प्यू विचिनो पॉसिबिले मार्जिन ने दस्तर दला कर जाता अकूरे लाजमी स्पोस्तार हो जो जिन्ना ज्यादा पॉसिबल हो कर जाते थे सज्जे किनारे एद कौंसिलिया बीले और सलाह दंद ने रिड्यूरे ला वेलोसिटा स्पीड कट करो इन नॉन सी देवे इन वेचे से नेला रे इल पेरिकुलो अजियोनांदो इंडिकेटोरी दृश्यों ने और ना तुझी खतरे का सिग्नल लाओ ऑन करके इंडिकेटर डायरेक्शन वाले दैसरो सज्जे वाले ये तेन दोनों अचे दी ई प्रियतोरी अभिलयंती और ना ही अभिलयंती लाइट ऑन करो ठीक है कि गवीरा को निकोली मोल तो लेंथ तो जो ड्राइव करते गड्डी बहुत ज्यादा आस्ता चलने वाली दी फेरमार जी रुके अपना पॉसिबल है जब भी पॉसिबल हो पर फारे दी फ्लूरल ट्राफिको दी फ्लूरल करनी ट्राफिक नू जे तुम बहुत ज्यादा मट्ठी गड्डी चला रहे हो किसी भी वजह मट्ठी गड्डी चला रहे हो ठीक है तो तुम्हें चाहिए तुम जितना पॉसिबल हो रुको और जी पिछले तो लैंड लग गई ना उन्होंने डिफ्लीवर करो उन्होंने अगर कर दो ठीक है इस विलायत की रेगल कहने पे के सी देवे लाजमी है रिदूरे सैम्परे ला प्रोपियो वेलोसिटा हमेशा स्पीड कट करो इन मेंटेनेरला ओब्लिगेटोरी अगवाले कोस्तांते और मेंटेन करके रखो ओब्लिगो है मुसलसल इको जी स्पीड मेंटेन करके रखो कोस्तांते ने मुसलसल कंटिन्यू कंटिन्यूली इको जी स्पीड करें बना कर रखो गलत कहने पे ठीक है कहने रिड्यूस टेंपरल वेलोसिटी हमेशा कार कट करो और मेंटेनर ओब्लिगेटोरी में तो अगवा ले ओब्लिगो कहने 19 स्पीड रखनी ये भी गलत है क्योंकि लोड पे तो घट भी करनी चाहिए तो रिड्यूस टेंपरल हमेशा कट करो ये भी गलत कहने पे हमेशा घट नहीं करनी तुम अपनी स्पीड रखो जे फॉर एग्जाम्पल कोई खतरा आंदा अगू तो फिर थोड़ी घट कर लो दूजे नुकसानी पैदा हो ठीक है
ਕਹਿੰਦੇ ਅਸੀਂ ਨਾਰੇ ਲੰਬਾ ਜੀ ਆਉਣ 'ਤੇ ਐਮਰਜੈਂਸਾ, ਕਹਿੰਦੇ ਐਮਰਜੈਂਸੀ ਵਾਲਾ ਬਟਨ ਔਨ ਕਰੋ, ਯਾਨੀ ਕਿ 24 ਇੰਡੀਕੇਟਰ ਆਨ ਕਰੋ, 24 ਫ੍ਰਿਜ ਆਨ ਕਰੋ, ਲੇ ਕੁਆਟਰ ਫ੍ਰਿਜ ਪਰ ਅਸੀਂ ਨੇ ਲਾ ਰਹੇ ਕਿਲਾ ਸਤਰਾਦਾ ਇਸ ਗੋਮਰਾ, ਕਹਿੰਦੇ ਸਿਗਨਲ ਲਾ ਲਈ ਕਿ ਰੋਡ ਖਾਲੀ ਹੈ ਵਿਹਲੇ ਲਿਬਰਾ ਹੈ, 24 ਫ੍ਰਿਜ ਆਨ ਕਰੋ, ਕਹਿੰਦੇ ਕਿ ਕੋਰੇ ਪੁਰਤਾਰ ਸੀ ਅਲਚੈਂਤ ਉਦਰ ਕਰਜਾ ਤਾਂ ਜਾਂ ਫਿਰ ਲਾਜ਼ਮੀ ਤੁਸੀਂ ਕਰਜਾ ਅਤੇ ਸੈਂਟਰ ਵੀ ਲਾਓ, ਪਰ ਅਵਿਤਾਰੇ ਸੁਰਪਾਸੋ ਇਨ ਸੇਕੀਆ, ਕਹਿੰਦੇ ਵੀ ਲੈਣ ਵਿੱਚ ਇਨਕੋ ਦਾ ਲੈਣ ਵਿੱਚ ਓਵਰਟੇਕ ਕਰਨ ਤੋਂ ਬਚਣ ਲਈ, ਕਹਿੰਦੇ ਗੱਡੀ ਰੋਡ ਦੇ ਸੈਂਟਰ ਵੀ ਲਾਓ। ਇਹ ਤਾਂ ਫਜ਼ੂਲ ਜੀ ਗੱਲ ਹੋ ਗਈ ਨਾ, ਠੀਕ ਹੈ ਕਿ ਤੁਸੀਂ ਓਵਰਟੇਕ ਨਹੀਂ ਹੋਣਾ ਚਾਹੁੰਦੇ, ਹੈ ਵੀ ਤੁਹਾਨੂੰ ਕੋਈ ਕਰੇ ਤੁਸੀਂ